ਸਾਹਿਬ ਮੈਂ ਤਰੇ ਮਿੰਨਤਾਂ ਤੇਰੀਆਂ ਕਰਨ ਲੱਗਾ, ਸਾਡੇ ਗੁਨਾਹਾਂ ਦੀ ਬਖਸ਼ਿਸ਼ ਫਰਮਾ ਔਰ ਸਾਡੀਆਂ ਦੁਆਵਾਂ ਦਿਲੀ ਕਬੂਲ ਫਰਮਾ। ਜਦੋਂ ਗੁਨਾਹ ਬਖਸ਼ ਦੇਗਾ ਤਾਂ ਜ਼ਰੂਰ ਦੁਆਵਾਂ ਵੀ ਮੁਸਤਜਾਬ ਹੋ ਜਾਣਗੀਆਂ। ਇੱਕ ਮਿਹਰਬਾਨੀ ਫਰਮਾ, ਤੇਰੀ ਜਬਾਰੀ ਨੂੰ ਕਰੀਮੀ 'ਚ ਲਿਆਉਣ ਵਾਸਤੇ, ਤੇਰੀ ਕਹਾਰੀ ਨੂੰ ਰਹੀਮੀ 'ਚ ਲਿਆਉਣ ਵਾਸਤੇ ਮੈਂ ਤਰੇ ਵਾਸਤੇ ਦੇਣਾ ਜਿਹੜੇ ਤੂੰ ਕਦੀ ਨਹੀਂ ਮੋੜੇ। ਪਹਿਲਾ ਵਾਸਤਾ ਤੈਨੂੰ ਅਲੀ ਅਸਗਰ ਦੇ ਆਖਰੀ ਸਾਹ ਦਾ ਵਾ, ਤੁਸਾਂ ਆਮੀਨ ਕਹਿ ਦਿੱਤੀ ਹੈ ਜੀ, ਕੋਈ ਗੱਲ ਨਹੀਂ, ਯਾ ਆਮੀਨ ਆ ਕੇ ਹਾਏ ਵੀ ਆਮੀਨ ਹੈ। ਐਸੇ ਵਾਸਤੇ ਮੈਂ ਕੁਰਾਨ ਖੋਲ ਕੇ ਮੈਂ ਦੇਣਾ ਜਿਹੜੇ ਕਦੀ ਰੱਦ ਨਹੀਂ ਕੀਤੇ, ਮੇਰਾ ਤਜਰਬਾ ਰੱਦ ਨਹੀਂ ਹੋਏ। ਦੁਆ ਕਬੂਲੀਅਤ 'ਚ ਲੇਟ ਹੋ ਸਕਦੀ ਹੈ ਜੀ, ਫਿਕਰ ਨਹੀਂ ਕਰਨਾ, ਲੇਟ ਹੋ ਸਕਦੀ ਹੈ, ਰੱਦ ਨਹੀਂ ਹੋਵੇਗੀ। ਅਗਰ ਸਾਡੀ ਦੁਆ ਕਬੂਲੀਅਤ ਸਾਡੇ ਹੱਕ 'ਚ ਨਾ ਹੋਈ ਤੇ ਅਜਰ ਇੰਨਾ ਮਿਲੇਗਾ ਤੁਸੀਂ ਸੋਚ ਵੀ ਨਹੀਂ ਸਕਦੇ। ਰੱਦ ਹੋਣ ਵਾਲੀ ਗੱਲ ਹੈ ਹੀ ਕੋਈ ਨਹੀਂ। ਮਿਹਰਬਾਨੀ ਫਰਮਾ, ਪਹਿਲਾ ਵਾਸਤਾ ਹਜ਼ਰਤ ਅਲੀ ਅਸਗਰ ਬਾਬੁਲ ਹਵਾਈ ਦਾ ਦਿੱਤਾ, ਤੈਨੂੰ ਉਸ ਮਾਸੂਮ ਦੇ ਆਖਰੀ ਸਾਹ ਦਾ ਵਾਸਤਾ ਜਿਹਦੇ ਮੁਤਲਕ ਇਮਾਮ ਹੁਸੈਨ ਰਬਾਬ ਤੋਂ ਪਹਿਲੇ ਰੋ ਪੈ ਸਕ। ਤੇ ਹਜ਼ਰਤ ਰਬਾਬ ਨੇ ਪੁੱਛਿਆ, ਮੌਲਾ ਇਹਦੀ ਛੋਟੇ ਸਨ ਤੋਂ ਰੋਏ ਹੋ ਜਾਂ ਤੀਰ ਵੱਡਾ ਸੀ ਤੇ ਤਾਂ ਰੋਏ ਹੋ? ਮੌਲਾ ਦਾ ਜੁਮਲਾ ਸੁਣਨਾ, ਮੌਲਾ ਫਰਮਾਉਂਦੇ, ਰਬਾਬ ਮੇਰਾ ਅਕਬਰ ਵੀ ਉਸੀ ਕਾ ਹੈ ਔਰ ਅਸਗਰ ਵੀ ਉਸੀ ਕਾ, ਰੋਏ ਕਿਉਂ ਹੋ? ਫਰਮਾਇਆ, ਰੋਇਆ ਇਸ ਲਈ ਹੂੰ ਕਿ ਇਸ ਜ਼ਾਲਮ ਨੇ ਮੇਰੇ ਬੇਟੇ ਕੋ ਤੀਰ ਉਸ ਵਕਤ ਮਾਰਾ ਜਬ ਮੈਂ ਇਸਕਾ ਮੂੰਹ ਚੂਮਨੇ ਕਾ ਇਰਾਦਾ ਕਰ। ਹਾਏ ਵਿੱਚ ਦੁਆਵਾਂ ਕਬੂਲ ਹੁੰਦੀਆਂ ਜੇ, ਮੈਂ ਤਾਂ ਦੁਆ ਵਿੱਚ ਜੁਮਲਾ ਮੁਸਾਹਿਬ ਦਾ ਕਿਹਾ ਤਾਂ ਕਿ ਦੁਆਵਾਂ ਜ਼ਰੂਰ ਕਬੂਲ ਹੋ ਜਾਣ। ਪਹਿਲਾ ਵਾਸਤਾ ਇਸ ਮਾਸੂਮ ਦਾ ਦਿੱਤਾ, ਦੂਜਾ ਵਾਸਤਾ ਇਹਦੀ ਹਮਸ਼ੀਰਾ ਦਾ ਹਮੇਸ਼ਾ ਦਿੱਤਾ, ਅੱਜ ਫਿਰ ਤੈਨੂੰ ਬੀਬੀ ਸਕੀਨਾ ਦੀ ਆਖਰੀ ਹਿਚਕੀ ਦਾ ਵਾ। ਜਦੋਂ ਆਉਂਦੀ ਸੀ ਬਾਬਾ ਅੱਖਾਂ ਖੋਲ, ਮੈਂ 4 ਸਾਲ ਚ ਜ਼ਈਫ ਹੋ ਗਏ। ਇੱਕ ਆਖਰੀ ਵਾਸਤਾ ਜੀ, ਇਹਦੇ ਤੇ ਮੂੰਹ ਤੇ ਹੱਥ ਫੇਰ ਲੈਣਾ, ਇਹਦੂ ਅੱਗੇ ਮੇਰੇ ਕੋਲ ਕੋਈ ਚਾਰਾ ਨਹੀਂ। ਕੋਈ ਚਾਰਾ ਹੁੰਦਾ ਮੈਂ ਉਹ ਵੀ ਲਾਂਦਾ ਇਹਨਾਂ ਦੁਆਵਾਂ ਦੀ ਕਬੂਲੀਅਤ ਵਾਸਤੇ। ਮੇਰੇ 8ਵੇਂ ਇਮਾਮ ਫਰਮਾਉਂਦੇ, ਆਂਸੂ ਖੁਸ਼ਕ ਹੋਣ ਤੋਂ ਪਹਿਲੇ ਦੁਆ ਕਰੋ ਤਾਂ ਕਿ ਜਲਦੀ ਕਬੂਲ ਹੋ ਜਾਏ। ਮੈਂ ਇਹਨਾਂ ਆਂਸੂਆਂ ਦੀ ਖੁਸ਼ਕੀ ਤੋਂ ਪਹਿਲੇ ਦੁਆ ਕਰਨ ਲੱਗਾ, ਇੱਕ ਵਾਰੀ ਹਾਏ ਕਹਿਣਾ ਤੇ ਆਮੀਨ ਕਹਿਣਾ। ਬਖਾਲਕਾ ਇਦੂ ਅੱਗੇ ਮੇਰੇ ਕੋਲ ਕੋਈ ਵਾਸਤਾ ਨਜ਼ਰ ਨਹੀਂ ਆਉਂਦਾ, ਤੈਨੂੰ ਬੀਬੀ ਜ਼ੈਨਬ ਦੇ ਸ਼ਾਮ ਦੇ ਪਾਸ ਬਹਿ ਬਹਿ ਕੇ ਤੁਰੰਤ ਵਾਸਤਾ।